ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਾਹਰੋਂ ਆਪਣੇ ਉਹ ਮਟਰ ਤੋੜੇ ਆ, ਅਜੇ ਇੱਕ ਦੋ ਵਾਰੀ ਹੋਰ ਵੀ ਹੋ ਜਾਓਗੇ, ਆਪਾਂ ਅੱਗੇ ਬਣਾ ਵੀ ਚੁੱਕੇ ਹਾਂ। ਅਤੇ ਅੱਜ ਮੈਂ ਬਣਾਊਂਗੀ ਤਰੀ ਵਾਲੇ, ਜਿੱਦਾਂ ਇਹਨਾਂ 'ਚ ਦੋ ਆਲੂ ਪਾਲੂੰਗੀ, ਪਿਆਜ਼ ਪਾ ਕੇ, ਅਦਰਕ ਲਸਣ ਪਾ ਕੇ, ਅਤੇ ਆਪਾਂ ਤਰੀ ਵਾਲੀ ਬਣਾਵਾਂਗੇ। ਆਹ ਦੇਖੋ ਕਿੰਨੇ ਸੋਹਣੇ ਘਰ ਦੇ ਮਟਰ ਆ। ਅਤੇ ਇੱਧਰ ਮੈਂ ਥੋੜ੍ਹਾ ਜਿਹਾ ਧਨੀਆ ਵੀ ਲਿਆਈ ਬਾਹਰੋਂ ਤੋੜ ਕੇ, ਹੁਣ ਥੋੜ੍ਹਾ ਰਹਿ ਚੱਲਿਆ ਕਿਉਂਕਿ ਸਾਡੇ ਸਮਰ ਸ਼ੁਰੂ ਹੋਵੇਗਾ। ਸੋ ਘਰ ਦੀ ਜਿਹੜੀ ਆ ਔਰਗੈਨਿਕ ਆ, ਤਾਂ ਇਹ ਜਿੱਦਾਂ ਸਵਾਦ ਵੀ ਬਹੁਤ ਸਵੀਟ ਜਿਹੇ ਹੁੰਦੇ ਆ। ਤਾਂ ਚਲੋ ਜੀ, ਆਪਾਂ ਫਿਰ ਅੱਜ ਬਣਾਉਂਦੇ ਹਾਂ, ਨਾਲ ਕਣਕ ਦੀਆਂ ਰੋਟੀਆਂ ਬਣਾਵਾਂਗੇ ਅਤੇ ਮੈਂ ਆਪਣੇ ਲਈ ਮੱਕੀ ਦੀ ਬਣਾਊਂਗੀ। ਮੈਨੂੰ ਮੱਕੀ ਦੀ ਸਵਾਦ ਲੱਗਦੀ ਹੈ ਮਟਰਾਂ ਦੇ ਨਾਲ, ਹੈ ਨਾ, ਤਰੀ ਵਾਲੀ ਦੇ। ਸੋ ਚਲੋ ਚੰਗਾ ਜੀ, ਫਿਰ ਆਪਾਂ ਬਣਾਉਂਦੇ ਹਾਂ। ਤੁਸੀਂ ਵੀ ਆਪਣੇ ਘਰ ਸਬਜ਼ੀਆਂ ਜ਼ਰੂਰ ਲਾਇਆ ਕਰੋ, ਔਰਗੈਨਿਕ ਲਾਇਆ ਕਰੋ, ਸਪਰੇਆਂ ਨਾ ਕਰਿਆ ਕਰੋ, ਅਤੇ ਹੈਲਥ ਲਈ ਬਹੁਤ ਚੰਗੀਆਂ। ਮੈਂ ਕੁੱਕਰ ਲੈ ਲਿਆ, ਉਹਦੇ ਵਿੱਚ ਕੁਕਿੰਗ ਓਇਲ ਪਾ ਲਿਆ ਆ, ਥੋੜ੍ਹਾ ਜਿਹਾ ਜੀਰਾ ਪਾ ਦਿੱਤਾ। ਜਦੋਂ ਜੀਰਾ ਥੋੜ੍ਹਾ ਜਿਹਾ ਭੰਨ ਹੋ ਗਿਆ, ਡੇਢ ਕੁ ਮੇਰੇ ਕੋਲ 1.5 ਗੱਡਾ ਸੀ, ਉਹ ਮੈਂ ਕੱਟ ਕੇ ਸਲਾਈਸ ਕਰਕੇ ਵਿੱਚ ਪਾ ਲਿਆ, ਥੋੜ੍ਹਾ ਜਿਹਾ ਅਦਰਕ ਬਰੀਕ ਬਰੀਕ ਕੱਟ ਕੇ ਪਾ ਲਿਆ, ਅਤੇ ਥੋੜ੍ਹਾ ਲਸਣ। ਸੋ ਹੁਣ ਆਪਾਂ ਪਿਆਜ਼ ਨੂੰ ਭੁੰਨ ਲੈਣਾ ਆ ਗੰਢੇ ਨੂੰ, ਅਤੇ ਦੋ ਮੈਂ ਵਿੱਚ ਆਲੂ ਪਾਊਂਗੀ ਕੱਟ ਕੇ, ਵਿੱਚ ਇੱਕ ਟਮਾਟਰ ਅਤੇ ਧਨੀਆ ਮੈਂ ਕੱਟ ਲਿਆ ਆ, ਅਤੇ ਪਿਆਜ਼ ਹੁਣ ਭੁੰਨ ਹੋ ਗਿਆ ਆ, ਅਤੇ ਆਪਾਂ ਇਹਦੇ ਵਿੱਚ ਹੁਣ ਟਮਾਟਰ ਕੱਟ ਕੇ ਪਾ ਦਿੱਤਾ ਆ, ਕਿਉਂਕਿ ਆਪਾਂ ਇਹਨੂੰ ਮੈਂ ਪਹਿਲਾਂ ਨਹੀਂ ਪਿਆਜ਼ ਨੂੰ ਗ੍ਰਾਇੰਡ ਕੀਤਾ ਹੈਗਾ, ਅਤੇ ਸੋਹਣਾ ਨਹੀਂ ਭੁੱਜ ਤਾਂ ਥੱਲੇ ਲੱਗਦਾ ਰਹਿੰਦਾ। ਮੈਂ ਵਿੱਚ ਮਸ਼ੀਨ ਫੇਰ ਦਊਂਗੀ, ਜੇ ਤੁਹਾਡੇ ਨਹੀਂ ਮਸ਼ੀਨ ਤੁਸੀਂ ਪਹਿਲਾਂ ਹੀ ਮਿਕਸੀ ਦੇ ਵਿੱਚ ਪਾ ਕੇ ਗ੍ਰਾਇੰਡ ਕਰ ਸਕਦੇ, ਜਾਂ ਕੁੰਡੇ ਸੋਤੇ ਦੇ ਨਾਲ, ਹੈ ਨਾ, ਸਾਡੀਆਂ ਮੰਮੀਆਂ ਤਾਂ ਕੁੰਡੇ ਸੋਤੇ ਨਾਲ ਕਰਦੀਆਂ ਸੀ। ਆਪਾਂ ਹੁਣ ਮਸ਼ੀਨ ਨਾਲ ਇਹਨੂੰ ਬਰੇਕ ਕਰ ਲਿਆ ਆ, ਅਤੇ ਵਿੱਚ ਮੈਂ ਹਲਦੀ ਦਾ ਪਾ ਦਿੱਤਾ ਆ 1.5 ਟੀਸਪੂਨ, 1.5। ਸੋ ਪਹਿਲਾਂ ਪਿਆਜ਼ ਜਦੋਂ ਭੁੱਜ ਗਿਆ ਸਾਰਾ ਕੁਛ, ਅਤੇ ਆਪਾਂ ਵਿੱਚ ਫਿਰ ਹਲਦੀ ਪਾ ਕੇ ਥੋੜ੍ਹੀ ਜਿਹੀ ਭੁੰਨ ਲਈ, ਫਿਰ ਮੈਂ 1.5 ਚਮਚਾ ਜਿਹੜਾ ਹੈ ਟੀਸਪੂਨ ਉਹ ਪਾ ਲਿਆ ਲੂਣ ਦਾ, ਲੂਣ ਤੁਸੀਂ ਆਪਣੇ ਮੁਤਾਬਕ ਪਾ ਸਕਦੇ ਹੈ, ਅਤੇ 1.5 ਚਮਚਾ ਮੈਂ ਗਰਮ ਮਸਾਲੇ ਦਾ, 1.5 ਚਮਚਾ ਮੈਂ ਜੀਰਾ ਜਿਹੜਾ ਧਨੀਆ ਕਰਸ਼ ਕੀਤਾ ਆ ਹੁੰਦਾ ਨਾ ਉਹਦਾ ਪਾ ਦਿੱਤਾ ਆ, ਅਤੇ ਫਿਰ ਇਹਨੂੰ ਹਿਲਾ ਲਿਆ ਚੰਗੀ ਤਰ੍ਹਾਂ, ਅਤੇ ਥੋੜ੍ਹਾ ਜਿਹਾ ਭੁੰਨ ਲਿਆ ਮੈਂ ਇਹਨੂੰ। ਜਦੋਂ ਹੈ ਨਾ ਇੱਦਾਂ ਤੇਲ ਛੱਡ ਦਿੱਤਾ ਇਹਨੇ, ਮੈਂ ਥੋੜ੍ਹੀ ਜਿਹੀ ਵਿੱਚ ਮਿਰਚ ਪਾਈ ਆ, ਮਿਰਚ ਤੁਸੀਂ ਆਪਣੇ ਮੁਤਾਬਕ ਪਾ ਸਕਦੇ, ਗ੍ਰੀਨ ਚਿੱਲੀ ਮੈਂ ਫਰੀਜ਼ ਕੀਤੀ ਆ ਹੁੰਦੀ, ਅਤੇ ਥੋੜ੍ਹੀ ਜਿਹੀ ਸੁੱਕੀ ਮੇਥੀ ਮੈਂ ਵਿੱਚ ਪਾ ਦਿੱਤੀ ਆ, ਅਤੇ ਕਿਉਂਕਿ ਮੈਂ ਕੁੱਕਰ 'ਚ ਬਣਾਉਣੀ, ਜੇ ਤੁਸੀਂ ਪਤੀਲੇ 'ਚ ਬਣਾਵੋ ਜਦੋਂ ਬਣ ਜਾਂਦੀ ਆ ਉਦੋਂ ਤੁਸੀਂ ਸੁੱਕੀ ਮੇਥੀ ਉੱਤੇ ਪਾ ਸਕਦੇ ਆ। ਅਤੇ ਜਿਹੜੇ 2 ਆਲੂ ਸੀ ਉਹਨਾਂ ਨੂੰ ਮੈਂ ਜਿੱਦਾਂ ਇੱਦਾਂ ਸਲਾਈਸ ਕਰ ਲਏ ਸੀ ਛੋਟੇ ਛੋਟੇ, ਅਤੇ ਚੌਸ ਜਿਹੇ ਟੁਕੜੇ ਕਰ ਲਏ ਸੀ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਭੁੰਨਿਆ, ਅਤੇ ਆਹ ਮੇਰੇ ਕੋਲ ਜਿੱਦਾਂ 3 ਕੁ ਗਲਾਸ ਸਟੀਲ ਦੇ ਨਾ, ਜਿੱਦਾਂ 1.25 ਕਿਲੋ ਕਹੀਏ, ਹੈ ਨਾ, ਇੰਨੇ ਕੁ ਸੀਗੇ ਮਟਰ ਨਿਕਲੇ ਆਏ, ਅਤੇ ਵਿੱਚ ਮੈਂ ਜਿੱਦਾਂ ਬਰੀਕ ਬਰੀਕ ਆਪਾਂ, ਹੈ ਨਾ, ਜਿਹੜੀਆਂ ਇਹਨਾਂ ਦੀਆਂ ਛਿੱਲਾਂ ਹੁੰਦੀਆਂ ਸੀਗੀਆਂ ਜਿੱਦਾਂ ਨਰਮ ਜਿਹੀਆਂ, ਉਹ ਵੀ ਆਪਾਂ ਵਿੱਚ ਪਾ ਲੈਂਦੇ ਹੁੰਦੇ ਸੀ, ਇੱਦਾਂ ਛਿੱਲ ਕੇ ਵਿੱਚ ਉਹ ਪਾ ਲਈਆਂ, ਥੋੜ੍ਹਾ ਜਿਹਾ ਧਨੀਆ ਮੈਂ ਵਿੱਚ ਪਾ ਦਿੱਤਾ ਆ, ਕਿਉਂਕਿ ਧਨੀਆ ਮੈਂ ਥੋੜ੍ਹਾ ਜਿਹਾ ਉੱਤੇ ਪਾਊਂਗੀ, ਅਤੇ ਥੋੜ੍ਹਾ ਮੈਂ ਵਿੱਚ ਪਾ ਲਿਆ ਆ। ਪਾਣੀ ਦੇ ਮੈਂ 4 ਗਲਾਸ ਪਾਏ ਆ, ਤੁਸੀਂ ਆਪਣੇ ਮੁਤਾਬਕ ਤਰੀ ਪਾ ਸਕਦੇ ਆ, ਜਿੰਨੀ ਕੁ ਰੱਖਣੀ ਆ ਉਨਾ ਪਾਣੀ ਪਾ ਲਓ, ਅਤੇ ਹੁਣ ਆਪਾਂ ਉੱਤੇ ਢੱਕਣ ਦੇ ਕੇ ਇਹਨੂੰ ਬੰਦ ਕਰ ਲਿਆ। ਮੈਂ ਇਹਨੂੰ 2 ਵਿਸਲਾਂ ਦਿੱਤੀਆਂ ਆ, ਜੇ ਫਰੋਜ਼ਨ ਹੋਣ ਤਾਂ ਥੋੜ੍ਹੇ ਦੇ ਦੇ। ਚਲੋ ਜੀ, ਹੁਣ ਬਣ ਕੇ ਤਿਆਰ ਹੋ ਗਈ ਆ, ਅਤੇ ਹੁਣ ਮੈਂ ਉੱਤੇ ਪਾ ਦਿੱਤਾ ਧਨੀਆ ਫਰੈਸ਼, ਅਤੇ ਆਪਾਂ ਹੁਣ ਇਹਨੂੰ
ਖਾਵਾਂਗੇ ਮੱਕੀ ਦੀ ਰੋਟੀ ਨਾਲ, ਕਣਕ ਦੀ ਰੋਟੀ ਨਾਲ, ਜਿੰਨਾ ਮਰਜ਼ੀ ਖਾਓ, ਬਹੁਤ ਸਵਾਦ ਬਣੀ ਹੈ।